ਇੱਕ ਪੰਜ ਕਬਾੜੀਆਂ ਦਾ ਗਿਰੋਹ ਫੜਿਆ ਜੋ ਪਿਛਲੇ 2 ਮਹੀਨਿਆਂ ਦੇ ਵਿੱਚ ਕਰੀਬ ਕਰੀਬ 1 ਕਰੋੜ ਰੁਪਏ ਦਾ ਸਮਾਨ ਵੇਚ ਚੁੱਕਾ। ਇਹਨਾਂ ਦੇ ਕੋਲੋਂ ਸਾਨੂੰ 7 ਮੋਬਾਈਲ ਟਾਵਰ ਜੋ ਆਰ ਆਰ ਯੂਨਿਟ ਚੋਰੀਆਂ ਹੁੰਦੀਆਂ ਮੋਬਾਈਲ ਟਾਵਰ ਤੋਂ, ਅਤੇ 40 ਕਿਲੋ ਮੋਬਾਈਲ ਫੋਨ ਦਾ ਸਮਾਨ ਇਹਨਾਂ ਦੇ ਕੋਲੋਂ ਬਰਾਮਦ ਹੋਇਆ। ਇਹਨਾਂ ਦੇ ਪਿੱਛੇ ਸਾਡੀ ਜੋ CIA ਦੀ ਟੀਮਸ ਹੈਗੀ ਇਹ ਲੱਗੀ ਹੋਈ ਸੀ। ਇਹ ਬਠਿੰਡਾ ਦੇ ਰਹਿਣ ਵਾਲੇ ਹੈਗੇ ਸਾਰੇ। ਇਹਨਾਂ ਦਾ ਮੋਡਸ ਆਪਰੈਂਡੀ ਸੀਗਾ, ਇਹ ਬੇਸਿਕਲੀ ਇੱਕ ਨੈਟਵਰਕ ਚੇਨ ਕ੍ਰੀਏਟ ਕਰਕੇ ਕੰਮ ਕਰਦੇ। ਇਹਨਾਂ ਦੇ ਆ ਕੇ ਲੋਕਲ ਕਬਾੜੀ ਹੁੰਦੇ ਆ ਜੋ ਇਹਨਾਂ ਦੇ ਕੋਲ ਸਮਾਨ ਲੈ ਕੇ ਆਉਂਦੇ ਹੁੰਦੇ, ਸਮਾਨ ਲਿਜਾ ਕੇ ਵੇਚਦੇ ਹੁੰਦੇ ਸੀ ਦਿੱਲੀ। ਦਿੱਲੀ ਦਾ ਜੋ ਬੰਦਾ ਹੈਗਾ ਉਹ ਵੀ ਸਾਡੀ ਤਫਤੀਸ਼ ਦੇ ਵਿੱਚ ਆ ਚੁੱਕਿਆ। ਇਹੀ ਆਸ਼ਵਾਸਨ ਦੇਣਾ ਚਾਹੁੰਦੇ ਤੇ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਕਬਾੜੀਏ ਵੀ ਨਹੀਂ ਬਖਸ਼ੇ ਜਾਣਗੇ। ਜੋ ਜੋ ਕਬਾੜੀਏ ਚੋਰੀ ਦੇ ਸਮਾਨ ਵਿੱਚ ਡੀਲ ਕਰਦੇ ਆ ਸਾਰਿਆਂ ਨੂੰ ਫੜ ਕੇ ਅੰਦਰ ਦਿੱਤਾ ਜਾਏਗਾ। ਇਹ ਪੰਜ ਪੰਜਾਬ ਦੇ ਵਿੱਚ ਲਗਾਤਾਰ ਚੋਰੀਆਂ ਨੂੰ ਲੈ ਕੇ ਪੁਲਿਸ ਸਖਤੀ ਦੇ ਵਿੱਚ, ਇਸ ਨੂੰ ਲੈ ਕੇ ਚੋਰਾਂ ਦੇ ਨਾਲ ਨਾਲ ਹੁਣ ਕਬਾੜੀਆਂ ਨੂੰ ਵੀ ਪੁਲਿਸ ਕਾਬੂ ਕਰਨ ਦੇ ਵਿੱਚ ਲੱਗੀ ਹੋਈ ਹੈ। ਜਿਹੜੇ ਕਬਾੜੀਏ ਇਹਨਾਂ ਚੋਰਾਂ ਤੋਂ ਸਮਾਨ ਖਰੀਦ ਕੇ ਅੱਗੇ ਵੇਚਦੇ ਸੀ। ਇਸ ਵੇਲੇ ਦੀ ਇੱਕ ਵੱਡੀ ਖਬਰ ਹੈ, ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਮੁਕਤਸਰ ਪੁਲਿਸ ਨੂੰ। ਉਸ ਵੇਲੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਨੇ 5 ਕਬਾੜੀਆਂ ਦੇ ਵੱਡੇ ਗਰੋਹ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੂੰ ਦੱਸਿਆ ਜਾ ਰਿਹਾ ਕਿ ਚੋਰ ਸਮਾਨ ਵੇਚਦੇ ਸੀ। ਇਹ ਕਬਾੜੀਏ ਚੋਰਾਂ ਤੋਂ ਸਮਾਨ ਖਰੀਦ ਕੇ ਅੱਗੇ ਦਿੱਲੀ ਵੇਚਦੇ ਸੀ। ਇਹ ਵੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਕਬਾੜੀਆਂ ਨੇ 1 ਕਰੋੜ ਰੁਪਏ ਦਾ ਕਰੀਬ ਸਮਾਨ ਚੋਰਾਂ ਤੋਂ ਖਰੀਦ ਕੇ ਅੱਗੇ ਦਿੱਲੀ ਵੇਚ ਦਿੱਤਾ ਹੈ। ਇਹਨਾਂ ਕਬਾੜੀਆਂ ਕੋਲੋਂ ਚੋਰੀ ਦੇ 7 ਮੋਬਾਈਲ ਟਾਵਰਾਂ ਦੇ RR ਯੂਨਿਟ ਅਤੇ 40 ਕਿਲੋ ਮੋਬਾਈਲ ਫੋਨ ਦੀ ਸਕਰੀਨ ਅਤੇ ਪਾਰਟ ਸਮੇਤ ਇਹ 5 ਕਬਾੜੀਏ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕੀ ਕਿਹਾ ਪਹਿਲਾਂ ਤੁਸੀਂ ਉਹ ਵੀ ਸੁਣੋ। ਪਿਛਲੇ 15-20 ਦਿਨਾਂ ਦੇ ਵਿੱਚ ਮੁਕਤਸਰ ਸਾਹਿਬ ਪੁਲਿਸ ਨੇ ਕਈ ਚੋਰਾਂ ਦਾ ਗਿਰੋਹ ਫੜਿਆ ਤੇ ਸਾਡਾ ਏਜੰਡਾ ਡੇ 1 ਤੋਂ ਇਹ ਸੀਗਾ ਕਿ ਜੋ ਇਹਨਾਂ ਦੇ ਅੱਗੇ ਕਬਾੜੀਏ ਹੈਗੇ ਇਹਨਾਂ ਦੀ ਵੀ ਨੱਥ ਪਾਈ ਜਾਊਗੀ। ਇਸੀ ਤਫਤੀਸ਼ ਦੌਰਾਨ ਅਸੀਂ ਇੱਕ 5 ਕਬਾੜੀਆਂ ਦਾ ਗਿਰੋਹ ਫੜਿਆ ਜੋ ਪਿਛਲੇ 2 ਮਹੀਨਿਆਂ ਦੇ ਵਿੱਚ ਕਰੀਬ ਕਰੀਬ 1 ਕਰੋੜ ਰੁਪਏ ਦਾ ਸਮਾਨ ਵੇਚ ਚੁੱਕੇ। ਇਹਨਾਂ ਦੇ ਕੋਲੋਂ ਸਾਨੂੰ 7 ਮੋਬਾਈਲ ਟਾਵਰ ਜੋ ਆਰ ਆਰ ਯੂਨਿਟ ਚੋਰੀਆਂ ਹੁੰਦੀਆਂ ਮੋਬਾਈਲ ਟਾਵਰ ਤੋਂ, ਤੇ 40 ਕਿਲੋ ਮੋਬਾਈਲ ਫੋਨ ਦਾ ਸਮਾਨ ਇਹਨਾਂ ਦੇ ਕੋਲੋਂ ਬਰਾਮਦ ਹੋਇਆ। ਇਹਨਾਂ ਦੇ ਪਿੱਛੇ ਸਾਡੀ ਜੋ CIA ਦੀ ਟੀਮਸ ਹੈਗੀ ਇਹ ਲੱਗੀ ਹੋਈ ਸੀ। ਇਹ ਬਠਿੰਡਾ ਦੇ ਰਹਿਣ ਵਾਲੇ ਹੈਗੇ ਸਾਰੇ। ਇਹਨਾਂ ਦਾ ਮੋਡਸ ਆਪਰੈਂਡੀ ਸੀਗਾ, ਇਹ ਬੇਸਿਕਲੀ ਇੱਕ ਨੈਟਵਰਕ ਚੇਨ ਕ੍ਰੀਏਟ ਕਰਕੇ ਕੰਮ ਕਰਦੇ। ਇਹਨਾਂ ਦੇ ਆ ਕੇ ਲੋਕਲ ਕਬਾੜੀ ਹੁੰਦੇ ਆ ਜੋ ਇਹਨਾਂ ਦੇ ਕੋਲ ਸਮਾਨ ਲੈ ਕੇ ਆਉਂਦੇ ਤੇ ਇਹ ਸਮਾਨ ਲਿਜਾ ਕੇ ਵੇਚਦੇ ਹੁੰਦੇ ਸੀ ਦਿੱਲੀ। ਦਿੱਲੀ ਦਾ ਜੋ ਬੰਦਾ ਹੈਗਾ ਉਹ ਵੀ ਸਾਡੀ ਤਫਤੀਸ਼ ਦੇ ਵਿੱਚ ਆ ਚੁੱਕਿਆ ਹੈ ਤੇ ਉਹਦੇ ਤੇ ਵੀ ਰੇਡ ਕੀਤੀ ਜਾਏਗੀ ਤੇ ਉਹਨੂੰ ਵੀ ਕਾਬੂ ਕੀਤਾ ਜਾਏਗਾ। ਇਹਦੇ ਨਾਲ ਮੈਂ ਇਹੀ ਆਸ਼ਵਾਸਨ ਦੇਣਾ ਚਾਹੁੰਦਾ ਤੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕਬਾੜੀਏ ਵੀ ਨਹੀਂ ਬਖਸ਼ੇ ਜਾਏਗੇ। ਜੋ ਜੋ ਕਬਾੜੀਏ ਚੋਰੀ ਦੇ ਸਮਾਨ ਵਿੱਚ ਡੀਲ ਕਰਦੇ ਆ ਸਾਰਿਆਂ ਨੂੰ ਫੜ ਕੇ ਅੰਦਰ ਦਿੱਤਾ ਜਾਏਗਾ। ਇਹ 5 ਸਿਰਫ ਸ਼ੁਰੂਆਤ ਹੈਗੀ। ਸਰ ਕਈ ਜਿਹੜੇ ਦੁਕਾਨਦਾਰ ਜਾਂ ਵਪਾਰ ਮੰਡਲ ਵਗੈਰਾ ਆ ਜਾਂਦੇ ਆ ਕਿ ਸਾਡੇ ਭਾਈਚਾਰੇ ਨੂੰ ਤੰਗ ਕੀਤਾ ਦੁਕਾਨਦਾਰਾਂ ਨੂੰ, ਪੁਲਿਸ ਨੂੰ ਇਹੋ ਜਿਹੇ ਹਾਲਾਤਾਂ ਨਾਲ ਤਾਂ ਨਹੀਂ ਦੇਖਣਾ ਪਿਆ? ਜੋ ਵੀ ਵਪਾਰ ਮੰਡਲ ਦੇ ਸਾਡੇ ਕੋਲ ਆਗੂ ਆਉਂਦੇ ਨੇ ਤੇ ਇਦਾਂ ਦੀ ਗੱਲ ਕਰਦੇ ਆ ਕਿ ਸਾਡੇ ਭਰਾ ਹੈਗੇ ਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਨੂੰ ਮੇਰੀ ਸਿਰਫ ਇੱਕ ਹੀ ਗੱਲ ਮੈਂ ਉਹਨਾਂ ਨੂੰ ਕਵਾਂਗਾ ਕਿ ਪਬਲਿਕ ਨੂੰ ਵੀ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਜੋ ਚੋਰੀਆਂ ਹੋ ਰਹੀਆਂ, ਜੋ ਸਨੈਚਿੰਗ ਹੋ ਰਹੀਆਂ, ਇਹ ਕੰਪਲੀਟਲੀ ਬੰਦ ਹੋਏਗੀ, ਇਹਨਾਂ ਤੇ ਨੱਥ ਪਾਈ ਜਾਏਗੀ। ਤੇ ਜੋ ਅੱਗੇ ਜੋ ਫਾਈਨੈਂਸ਼ੀਅਲ ਨੈਟਵਰਕ ਹੈਗਾ ਸਾਰਾ ਦਾ ਸਾਰਾ, ਇਹ ਫਾਈਨੈਂਸ਼ੀਅਲ ਨੈਟਵਰਕ ਨੂੰ ਅਸੀਂ ਬ੍ਰੇਕ ਵੀ ਕਰਾਂਗੇ ਤੇ ਸਾਰੇ ਬੰਦੇ ਫੜ ਕੇ ਅੰਦਰ ਦੇ। ਸਰ ਜਿਹੜਾ ਪੈਸਾ ਚੋਰੀ ਕਰ, ਕਿੱਥੋਂ ਕਿੱਥੋਂ ਇਹਨਾਂ ਨੇ ਸਮਾਨ ਚੋਰੀ ਕੀਤਾ ਹੋਇਆ ਸੀਗਾ? ਇਹ ਚੋਰ ਨਹੀਂ ਹੈਗੇ, ਕਬਾੜੀ ਹੈਗੇ। ਇਹਨਾਂ ਦੀ ਪੁੱਛਗਿੱਛ ਦੌਰਾਨ ਹੁਣ ਇਹੀ ਆਪਾਂ ਜੋ ਅਸੀਂ ਟੀਮ ਸਾਡੀ ਲੱਗੀ ਹੈ, ਇੰਟਰੋਗੇਸ਼ਨ ਚੱਲ ਰਹੀ ਹੈ, ਅਸੀਂ ਇਹ ਕਲੀਅਰ ਕਰ ਰਹੇ ਹਾਂ ਕਿ ਪਿੱਛੇ ਵਾਲੇ ਕਬਾੜੀਏ ਕਿਹੜੇ ਹੈਗੇ। ਅੱਗੇ ਵੱਲੋਂ ਸਾਨੂੰ ਕਲੀਅਰ ਹੋ ਗਿਆ, ਉਹ ਪਿੱਛੇ ਵਾਲੇ ਕਬਾੜੀਏ ਜਦੋਂ ਕਾਬੂ ਆਉਂਦੇ ਫਿਰ ਉਹ ਸਾਨੂੰ ਦੱਸਣਗੇ ਕਿ ਚੋਰ ਕਿਹੜੇ ਕਿਹੜੇ। ਸਰ ਇਹ ਕਿਵੇਂ ਹੱਥ ਕਿਵੇਂ ਆਏ ਜੇ ਜਿਹੜੇ ਕਬਾੜੀਏ? ਇਹ ਸਾਡੀ ਜੋ CIA ਇੰਚਾਰਜ ਹੈਗੇ ਜੀ, ਉਹਨਾਂ ਦੀ ਇਨਫੋਰਮੇਸ਼ਨ ਸੀਗੀ। ਇਨਫੋਰਮੇਸ਼ਨ ਤੇ ਕਾਫੀ ਟਾਈਮ ਤੋਂ ਵਰਕਆਊਟ ਚੱਲ ਰਿਹਾ ਸੀ। ਸਾਨੂੰ ਪਤਾ ਸੀ ਕਿ ਇੱਕ ਮੇਜਰ ਨੈਕਸਸ ਹੈਗਾ ਕਬਾੜੀਆਂ ਦਾ,
ਜੋ ਕਿ ਦਿੱਲੀ ਤੋਂ ਆਪਰੇਟ ਕਰ ਰਿਹਾ, ਤੇ ਉਸੀ ਇਨਫੋਰਮੇਸ਼ਨ ਕੇ ਦੌਰਾਨ ਜੋ ਹੈਗੀ ਸਾਡੇ ਇੱਕ ਇੱਕ ਕਰਕੇ ਸਾਰੇ ਕਾਬੂ ਆਏ ਹੈ। ਤੇ ਜੋ ਮੇਨ ਕਿੰਗ ਪਿੰਨ ਹੈ ਦਿੱਲੀ ਵਾਲਾ, ਜਿਸ ਦਿਨ ਉਹ ਕਾਬੂ ਆ ਗਿਆ ਉਹਨੇ ਪੂਰੇ ਪੰਜਾਬ ਦਾ ਨੈਟਵਰਕ ਕਲੀਅਰ ਕਰ ਦੇਣਾ ਕਿ ਪੰਜਾਬ ਦੇ ਵਿੱਚੋਂ ਕਿਹੜੇ ਕਿਹੜੇ ਕਬਾੜੀ ਆਉਂਦੇ, ਉਹ ਕਬਾੜੀ ਆ ਗਏ ਆਪਣੇ ਆਪਣੇ ਸਾਰੇ ਚੋਰ ਫੜਾ। ਸਰ ਗ੍ਰਿਫਤਾਰੀਆਂ ਕਿੱਥੋਂ ਹੋਈਆਂ? ਇਹਨਾਂ ਦੀ ਗ੍ਰਿਫਤਾਰੀਆਂ ਬਠਿੰਡੇ ਤੋਂ ਸਾਰੇ। ਇਹਨਾਂ ਦਾ ਟਰੱਕ ਸੀਗਾ ਜੋ ਦਿੱਲੀ ਜਾ ਰਿਹਾ ਸੀ, ਉਹ ਟਰੱਕ ਨੂੰ ਵੀ ਰਾਸਤੇ ਵਿੱਚ ਰੋਕਿਆ ਗਿਆ। ਗੱਡੀ ਸੀਗੀ ਜੋ ਦਿੱਲੀ ਜਾ ਰਹੀ ਸੀ, ਜਿਹਦੇ ਵਿੱਚ ਸਮਾਨ ਲੈ ਕੇ ਜਾ ਰਹੇ ਸੀ ਇਕੱਠਾ ਕਰਕੇ, ਉਹ ਗੱਡੀ ਵੀ ਰੋਕੀ ਗਈ। ਉਹ ਗੱਡੀ ਨੂੰ ਰਾਸਤੇ ਦੇ ਵਿੱਚ ਹੀ ਰੋਕ ਕੇ ਚੇਜ਼ ਕਰਕੇ ਕਾਬੂ ਕੀਤਾ ਗਿਆ ਤੇ ਉਹਦੇ ਵਿੱਚ ਸਾਨੂੰ ਰਿਕਵਰੀ ਹੋਈ।